الله الرحمن الرحيم اللهم يا دافي البليات مقيل الأسرار مهيج الأموات نور الأرزينا والسماوات ساتر الأورات غافر الخطيات قافي المهمات إكزي هواي جنا بحرمة محمد وعلي وفاطمة والحسن والحسین و تسعۃ المعصومین مالک عظیم الشان دو روز دی پرسا عزاداری قبول فرما بانیان جلسہ دے مرحومین دے قبریں تے رحمت فرما مالک حجت خدا امام زمن دے صدقے سارے ایمان دی محافظت فرما مالک موت تک آخری ساہ تک چودہ دی محبت اور ولایت نصیب فرما اللہم اجل لولیک الفرج وجعلنا من انصاره و آوان ملک صلوات دیکھو اتنا گرمی بھی گئے نہیں ماحول بھی چنگا ہے ساؤنڈ بھی چنگا ہے ذکر بھی چنگا ہے کچھ بندے خام خا چپ رہتے ہیں اللہ دا نام بلند دے تے ذاکر نعرہ مروین دی وجہ تو ہیں جو پہلے جڑے بندے دا ذہن حاضر کہنی حاضر تھی آوے ابھی انہیں کوئی غرض غایت کہنی ہوندی تو سا نعرہ سونے رنگ نال جواب دیونے نعرہ تکبیر نعرہ رسالت نعرہ حیدری بر خاندان سیدہ صلوات اعوذ باللہ من الشیطان الرجیم بسم اللہ الرحمن الرحیم الحمد للہ والصلاة علی اما بعد فقد قال رسول اللہ صلی اللہ علیہ وآلہ وسلم ستدفن بضعة منی بخراسان صلوات توجہ ہے سامعین میرے برا قصیدہ پڑھیے والی خراسان سلطان مشہد امام رضا بادشاہ دا میں آیا ہی لیٹا انہیں کھے ذاکری ڈھیر سارے اند ٹائم ہی تھوڑا ہے میں پہلے سوچ گئی تھے تھوڑا پڑھ سا وقت سجیندہ بیٹھا ہم بھی سناواں تو کیا سناواں اٹھویں بادشاہ دی فضیلت دی ایک سطر سنے گا میرے امام نے چونکہ میں آدھا دنیا دے وچ ڈھیر سارے لوگیں امام ہی بنائیں پیر ہی بنائیں راہبر ہی بنائیں جڑے دنیا دے پیر لوگیں بنائیں انہیں دی ضمانت دنیا تک واحد بطول دی اولاد جڑے قبر دی بھی ضمانت دین دین حشر دی بھی ضمانت دین دین توجہ ہے نا سی میرے آقا دا فرمان ہے من زارنی فی حیاتی آو بعد مماتی جائیں میرے شیعہ میں رضا دی زندگی یا میری وفات تو بعد میں رضا دی زیارت کی تھی میں امام ابن امام وعدہ کریں دا ترے اوکھے مقام تے میں رضا اپنے ظاہر دی زیارت کرے ساں توجہ ہے نا سن دیکھو اندے ج باویں کو گل وزنی نہ آئی ہوئے تو ردیف کافی جڑے ہوئے ہوئے تو وڈی واہ واہ تھی امام ضمانت دیندے بین میں زیارت کرے سا تھوڑی گل نہیں ویسے بھی میرے آقا دا ایک لقب زامن زوار جائیں اپنے زوار کو ضمانت دیتی ہے تو کچھ ظاہر ہو انہیں جڑے زیارت کر رہے ہیں
ਤੇ ਕੁਝ ਗਰੀਬ ਜ਼ਿਆਰਤ ਦਾ ਸ਼ੌਕ ਰੱਖੇਂਦੇ ਨੇ, ਜ਼ਿਆਰਤ ਕਰ ਨਹੀਂ ਸਕਦੇ। ਇਵਾਇਦ ਅੱਠਵਾਂ ਬਾਦਸ਼ਾਹ ਹੈ, ਬੰਦਾ ਗਏ ਹੋਵਾਂਗੇ ਮੌਲਾ, ਜਿਹੜਾ ਤੁਹਾਡੀ ਜ਼ਿਆਰਤ ਕੋ ਆ ਨਹੀਂ ਸਕਦਾ, ਦੁਨੀਆਂ ਦੇ ਮਾਲ ਦੀ ਕਮੀ ਨਾਲ ਇਤਨੀ ਤਾਕਤ ਨਹੀਂ ਤੁਹਾਡੀ ਜ਼ਿਆਰਤ 'ਤੇ ਆਵੇ। ਮੇਰੇ ਆਗਾ ਫਰਮਾਏ ਆਪਣੇ ਘਰ ਦੇ ਵਿੱਚ ਬਹਿ ਕੇ ਹੇਕ ਬੇ ਮੋਮਿਨ ਕੋ ਗਵਾਹ ਬਣਾ ਕੇ ਅੱਲਾਹ ਕੋ ਹਾਜ਼ਰ ਨਾਜ਼ਰ ਕਰਕੇ ਇਤਨਾ ਆ ਕੇ ਜਾ ਜੋ ਅੱਲਾਹ ਨੇ ਤਾਕਤ ਦਿੱਤੀ, ਮੈਂ ਰਜ਼ਾ ਦੀ ਜ਼ਿਆਰਤ ਕਰੇ ਸਾਂ। ਮੌਲਾ ਫਰਮੈਨ ਤੋਣੇ ਮੌਤ ਤੱਕ ਮੇਰੀ ਜ਼ਵਾਰੀ ਨਸੀਬ ਨਾ ਥੀਵੇ। ਈ ਨੀਅਤ ਦਾ ਬਦਲਾ ਇਤਨਾ ਹੈ, ਅੱਲਾਹ ਮੌਤ ਤੱਕ ਹਰ ਸਾਹ ਜ਼ਾਇਰ ਰਜ਼ਾ ਦਾ ਸਵਾਬ ਅਦਾ ਕਰੇ ਸਾਂ। ਤੂੰ ਨਾ ਕਿਤਨਾ ਕਰੀਮ ਘਰਾਨਾ ਮਿਲੀਏ ਵੀ ਆਈ ਮੇਰੇ ਆਗਾ ਦਾ ਇੱਕ ਲੱਗਾ ਵੇ ਜ਼ਾਮਿਨ ਹੈ, ਜ਼ਾਇਰ ਯਾਨੀ ਇਮਾਮ ਆਪਣੇ ਜ਼ਾਇਰ ਕੋ ਜ਼ਮਾਨਤ ਦਿੱਤੀ ਹੈ। ਉਹ ਕੈਸੀ ਜ਼ਮਾਨਤ ਹੈ? ਅੱਲਾਹ ਤਮਾਮ ਕੋ ਕਰਬਲਾ, ਨਜਫ, ਇਰਾਕ, ਸਊਦੀ ਅਰਬ ਜਿਤਨੀ ਵੀ ਮਾਸੂਮੀਨ ਦੀਆਂ ਜ਼ਿਆਰਤਾਂ ਹਨ ਮੌਲਾ ਨਸੀਬ ਫਰਮਾਵੇ। ਵਗੇ ਮੌਲਾ ਤੁਸੀਂ ਕੈਸੀ ਜ਼ਮਾਨਤ ਦਿੰਦੇ ਵੇ? ਆ ਕੇ ਫਰਮਾਏ ਅੱਲਾਹ ਨੇ ਜਦੋਂ ਮੈਦਾਨ ਮਾਸ਼ਰ ਸਜਾਵਣੇ, ਉਸ ਮਾਸ਼ਰ ਵਾਲੇ ਮੈਦਾਨ 'ਚ ਹਰ ਬੰਦਾ ਕੋਈ ਨਾ ਕੋਈ ਸ਼ਾਫੀ ਸ਼ਫਾਤ ਕਰਨ ਵਾਲਾ ਗੁਲੇਂਦਾ ਵਧਾਓ ਸੀ। ਤੂੰ ਕਿ ਮੌਲਾ ਕਹਿ ਕੋ ਸ਼ਫਾਤ ਮਿਲਣੀ ਹੈ? ਮੌਲਾ ਫਰਮਾਏ ਜਿਹਦੇ ਨਾਲ ਢੇਰ ਤਵੱਸਲ ਹੋ ਸੀ, ਜਿਹੜਾ ਮੇਰੇ ਨਾਂ ਨੇ ਮੁਸਤਫਾ ਦਾ ਜ਼ਾਹਿਰ ਹੈ, ਉਹ ਮੇਰੇ ਨਾਂ ਨੇ ਨਬੀ ਕੋ ਕੁਲੇ ਸੀ, ਜਿਹੜਾ ਮੇਰੇ ਦਾਦੇ ਅਲੀ ਦਾ ਜ਼ਾਹਿਰ ਹੈ, ਉਹ ਮੇਰੇ ਦਾਦੇ ਅਲੀ ਕੋ ਕੁਲੇ ਸੀ, ਹਸਨ ਔਰ ਹੁਸੈਨ ਦਾ ਜ਼ਵਾਰ ਹਸਨ ਔਰ ਹੁਸੈਨ ਕੋ ਕੁਲੇ ਸੀ। ਅਤੇ ਮੇਰੇ ਆਗ ਫਰਮਾਏ ਉਹ ਉਹਨੇ ਕੋ ਕੁਲੇ ਸੀ, ਜਿਹਦਾ ਮਿਲ ਸਨ ਵੱਧ ਸ਼ਫਾਤ ਮਿਲ ਸੀ। ਮੈਂ ਰਜ਼ਾ ਆਪਣੇ ਜ਼ਾਹਿਰ ਕੋ ਜ਼ਮਾਨਤ ਦੇਣਾ, ਪੂਰੇ ਮੈਦਾਨ ਦੇ ਵਿੱਚ ਮੇਰੇ ਜ਼ਾਹਿਰ ਕੋ ਗੋਲਣਾ ਨਾ ਪੋਸੀ, ਆਪ ਹੱਥ ਨੱਪ ਕੇ ਦਰਵਾਜ਼ਾ ਜੰਨਤ ਦੇ ਘੇਰਵੇ ਸਾਂ। ਬਾਜ਼ੂ ਇੱਕ ਹਦੀਸ ਜਿਹੜੀ ਪੜ੍ਹੀ ਹੈ ਮੈਂ ਸੁਣਾਵਾਂ। ਫਰਮਾਏ ਤਰਾਏ ਔਖੇ ਮਕਾਮ ਹਨ ਜਿੱਥੇ ਮੈਂ ਆਪਣੇ ਜ਼ਾਹਿਰ ਦੀ ਜ਼ਿਆਰਤ ਕਰੇ ਸਾਂ। ਮੌਲਬ ਕਿਹੜੇ ਮਕਾਮ? ਪਹਿਲਾਂ ਹਜ਼ਰਤ ਫਰਮਾਏ ਮੌਤ ਦੇ ਵੇਲੇ, ਚੁਕੇ ਔਖਾ ਮੌਕਾ ਹੈ ਜਿਹੜੇ ਵੇਲੇ ਮਲਕਲ ਮੌਤ ਰੂਹ ਕਬਜ਼ ਕਰੇ ਸੀ। ਮੌਲਾ ਫਰਮਾਏ ਦੇ ਨਾ ਔਖਾ ਵੇਲਾ ਉਹ ਸੀ, ਅਤੇ ਸਭ ਕਿੰਨੇ ਜ਼ਿਆਦਾ ਬੰਦੇ ਦੇ ਈਮਾਨ ਦਾ ਜਿਹੜਾ ਹੈ ਨਾ ਜੀ ਇਮਤਿਹਾਨ, ਉਹ ਮੌਤ ਦੇ ਵੇਲੇ ਆਉਂਦੇ। ਮੌਲਾ ਫਰਮਾਏ ਮੌਤ ਦੇ ਵੇਲੇ ਆਪਣੇ ਸੱਜਣ ਰਿਸ਼ਤੇਦਾਰ ਸਿਰਾਂ ਦੀ ਖੜ ਕੇ ਰੋਂਦੇ ਨੇ, ਕੁਝ ਕਰ ਨਹੀਂ ਸਕਦੇ। ਮੈਂ ਰਜ਼ਾ ਜ਼ਮਾਨਤ ਦੇਣਾ, ਜੇ ਮੇਰੀ ਜ਼ਿਆਰਤ ਕੀਤੀ ਮੌਤ ਦੇ ਵੇਲੇ ਮੈਂ ਉਹਦੀ ਜ਼ਿਆਰਤ ਕਰੇ ਸਾਂ, ਅਤੇ ਅੱਲਾਹ ਦੇ ਮਲਕ ਮਲਕੁਲ ਮੌਤ ਕੋ ਅਕਸਾਈ ਦੇ ਨਾਲ ਆਰਾਮ ਨਾਲ ਪੇਸ਼ ਆ, ਇਹ ਆਮ ਨਹੀਂ, ਮੈਂ ਰਜ਼ਾ ਦਾ ਜ਼ਵਾਰ ਹੈ। ਮਤਨ ਮੈਂ ਹੀ ਵਜ੍ਹਾ ਕਿਨੇ ਜਿਹੜਾ ਹਦੀਸ ਦਾ ਨਹੀਂ ਪੜਿਆ, ਮੈਂ ਕਿ ਕੁਝ ਟਾਈਮ ਬਚ ਵਜੇ, ਕਿਉਂਕਿ ਅੱਜ ਕੱਲ੍ਹ ਕੁਝ ਬੰਦੇ ਜਿਹੜੇ ਢੇਰ ਮੌਲਵੀ ਸਾਹਿਬਾਨ ਕੋ ਸੁਣਨ ਵਾਦਨ ਹਦੀਸ ਪੜ੍ਹੋ ਅਤੇ ਉਹਨਾਂ ਨਾਲ ਮਤਾਂ ਨਹੀਂ ਪੜ੍ਹੋ, ਕਿਉਂਕਿ ਬੰਦੇ ਆਪੋ ਬੜੇ ਵਧੇ ਹੁੰਦੇ ਨੇ, ਮੈਂ ਆਪੋ ਨਹੀਂ ਬੜੇ ਵਧਾ, ਇਹ ਮਤਾਂ ਨਹੀਂ ਵਜ੍ਹਾ ਕਿਨੇ ਛੋੜੀ ਮੈਂ ਦੂਜਾ ਮੌਕਾ ਮੇਰੇ ਆ ਕੇ ਫਰਮੈਂਦਨ ਜਿਹੜਾ ਔਖਾ ਹੈ ਉਹ ਹੈ ਕਬਰ। ਕਬਰ ਔਖੀ ਹੈ, ਕਿਵੇਂ ਔਖੀਏ? ਆਪਣੇ ਖੂਨ ਦੇ ਰਿਸ਼ਤੇ ਦਫਨਾ ਕੇ ਤਾਵੀਜ਼ ਕਬਰ ਬੰਦ ਕਰੇਂਦਨ, ਅਤੇ ਮੌਲਾ ਫਰਮੈਂਦਨ ਜਿਹੜੇ ਮੈਯਤ ਕੁਚਾ ਕੇ ਗੁਸਤਾਨ ਦੇ ਪਾਸੇ ਟੁਰਦਨ, ਅਗਰ ਜ਼ਿੰਦਾ ਮੁਰਦੇ ਦੀ ਆਵਾਜ਼ ਸੁਣਦੇ ਤਾਂ ਉਹ ਅੱਗੇ ਮਰ ਵੇਂਦੇ, ਜੋ ਉਹ ਸਦਾ ਕਰੇਂਦੇ ਮੈਨੂੰ ਕਿੱਡੇ ਕਿੱਦੀ ਵੇਂਦੇ ਵੇ। ਉਹ ਅੱਗੇ ਮੌਲਾ ਵਾ ਤਾਂ ਕਿ ਫਰਮਾਏ ਕਬਰ ਦੇ ਵਿੱਚ ਬੰਦੇ ਜਦਾਂ ਪਹੁੰਚ ਵੇਂਦੇ ਨੇ, ਦੂ ਮਲਾਇਕ ਅੱਲਾ ਦੀ ਤਰਫੋਂ ਆ ਕੇ ਸਵਾਲ ਕਰੇਂਦੇ ਨੇ, ਅਤੇ ਮੌਲਾ ਫਰਮਾਏ ਜਿਹੜਾ ਉਹਨੇ ਸਵਾਲਾਂ ਦੇ ਜਵਾਬ ਦੇਵੇ ਉਹ ਕਾਮਯਾਬ ਹੁੰਦੇ। ਉਹ ਅੱਗੇ ਮੌਲਾ ਜੇ ਕੁਝ ਸਵਾਲਾਂ ਦੇ ਜਵਾਬ ਨਾ ਆਉਂਦੇ ਹੋਵੇ ਨਾ, ਅੱਜ ਹੀ ਢੇਰ ਸਾਰੇ ਬੰਦੇ ਹਨ ਹਲਕੇ ਦੇ ਪਹਿਲੀ ਸਫ਼ੇ 'ਚ ਮਾਤਮ ਕਰੇਂਦੇ ਨੇ, ਅਤੇ ਨਾ ਉਹਨੇ ਗੁਬਾਰਾ ਇਮਾਮੇ ਦੇ ਪੂਰੇ ਨਹੀਂ ਹੁੰਦੇ।
14 ਦੇ ਨਾਮ ਮੁਤਬਰਕ ਨੇ ਯਾਦ ਹੋਣੇ ਚਾਹੀਦੇ। ਤਵੱਜੋ ਹੈ ਨਾ ਸਿੰਘ, ਇਹ ਮੈਂ ਇਵੇਂ ਮਜ਼ਾਕ ਨਹੀਂ ਕਰਦਾ ਖੜਾ, ਨਾ ਮੈਂ ਅੱਲਾ ਮਾਫ਼ ਕਰੇ ਨਾ ਮੇਰੀ ਜ਼ਰੂਰਤ ਹੈ, ਮੈਂ ਰੋ ਵੀ ਆ ਮਕਾਮ ਬਣਦਾ ਖੜਾ ਵਾਂ। ਮੇਰੇ ਆਪਣੇ ਘਰ ਦਾ ਇੱਕ ਨੌਜਵਾਨ ਹੈ, ਉਹ ਮਾਤਮੀ ਹੈ, ਅੱਲਾ ਜ਼ਿੰਦਗੀ ਦਰਾਜ਼ ਕਰੇ। ਮੈਂ ਉਹ ਕਹਿ ਕੇ ਤੇਰੇ 12 ਇਮਾਮ ਹਨ, ਦੁਬਾਰਾ ਦੇ ਨਾਂ ਸੁਣਾ, ਜਾਂ 5ਵੇਂ ਇਮਾਮ ਦੇ ਬਾਅਦ 6ਵੇਂ ਦਾ ਉਹ ਨਾਂ ਆਉਂਦਾ। ਅਤੇ ਮੈਂ ਕਿਹਾ ਜੇ ਕੋਈ ਇੱਥੇ ਨਾਂ ਨਹੀਂ ਆਉਂਦਾ ਉਹ ਕਬਰ ਜਵਾਬ ਦੇਵਣੇ। ਆ ਕੇ ਫਰਮਾਇਆ, ਔਖਾ ਮੌਲ ਕਹੋ ਸੀ ਸਵਾਲ ਮੁਨਕਰ ਨਕੀਰ ਦਾ, ਅਗਰ ਉੱਥਾਂ ਕੋਈ ਮੁਸ਼ਕਿਲ ਪੇਸ਼ ਆਈ ਵੱਧ ਹੀ ਮੈਂ ਜ਼ਮਾਨਤ ਦੇਂਦਾ, ਮੈਂ ਰਜ਼ਾ ਜ਼ਿਆਰਤ ਹੀ ਕਰੇ ਸਾਂ, ਮੁਸ਼ਕਿਲ ਹੀ ਦੂਰ ਕਰੇ ਸਾਂ। ਤੀਸਰਾ ਮਕਾਮ ਆ ਕੇ ਫਰਮਾਇਦਨ ਸਿਰਾਤ ਅਲੀ ਬੋਲਦੇ, ਅਗਰ ਕਹੀਂ ਮੇਰੇ ਮੰਨਣ ਵਾਲੇ ਦੇ ਪੇਰਿਆਂ ਦੇ ਵਿੱਚ ਲਗਜ਼ੇ ਸ਼ਈ, ਉਹ ਕੋ ਘਬਰਾਉਣ ਦੀ ਜ਼ਰੂਰਤ ਨਹੀਂ, ਆਪ ਹੱਥ ਨੱਪ ਕੇ ਪੁੱਲ ਪਾਰ ਕਰਵੇ ਸਾਂ। ਦੁਆਏ ਮਾਲਿਕ ਜਿਹਨੇ ਮਰੂਮੀਨ ਦੇ ਸਾਲੇ ਸਵਾਬ ਦੀ ਖਾਤਰ ਮਜਲਿਸ ਹੈ, ਅੱਲਾ ਪਾਕ ਉਹਨਾਂ ਦੇ ਕਬਰੇ ਦਰਾਮਦ ਫਰਮਾਵੇ। ਮੇਰੇ ਚਾਚੇ ਸਾਹਿਬਾਨ ਦੇ ਮਾਲਿਕ ਮਾਲ ਰਿਜ਼ਕ ਬਰਕਤ ਫਰਮਾਵੇ। ਪੜ੍ਹਨ ਵਾਲੇ ਸਾਹਿਬਾਨ ਢੇਰ ਹਨ, ਕੋਈ ਲੰਬੀ ਸੱਤਰ ਨਹੀਂ, ਇਤਨਾ ਦਾ ਅੱਲਾਹ ਦੀ ਪੂਰੀ ਕਾਇਨਾਤ ਜੇ ਗੁਰੂਨੀ ਹੈ ਉਗਵਾ ਦਿਨ ਹੁਸੈਨ, ਅਤੇ ਹੁਸੈਨ ਜੇ ਗੁਰੂਨੇ ਓਏ ਭੇਣ ਦਾ ਬੁਰਕਾ। ਇਹ ਸ਼ਿਮਰ ਮਲੂਨ ਅਲੈਹਲਾਨ ਵਲ ਅਜ਼ਾਬ, ਇਹ ਮਲੂਨ ਆਦਿ ਮੈਂ 13 ਜ਼ਰਬੇ ਨਾਲ ਸ਼ਬੀਰ ਦਾ ਸਰ ਕਲਮ ਕੀਤੇ। ਇਹ ਆਦਿ ਮੇਰੀ ਹਰ ਜ਼ਰਬ 'ਤੇ ਕੋਈ ਨਾ ਕੋਈ ਸ਼ਬੀਰ ਗੱਲ ਕੀਤੀ ਹੈ, ਕਿਥੇ ਅੱਲਾਹ ਦੀ ਤਸਬੀਹ ਕੀਤੀ ਹੈ, ਕਈ ਜ਼ਰਬ 'ਤੇ ਮਾਂ ਕੋ ਯਾਦ ਕੀਤੇ, ਕਈ ਜ਼ਰਬ 'ਤੇ ਨਾਨੇ ਕੋ ਯਾਦ ਕੀਤੇ। ਇਹ ਅਦੇ ਜਦੋਂ ਮੈਂ ਆਖਰੀ ਜ਼ਰਬ ਮਾਰੀਏ ਕੁਰਾਨ ਨੂੰ ਟੁਕੜੇ ਥਏ, ਇਹ ਮਲੂਨ ਅਦੇ ਮੈਂ ਗੌਰ ਦੇ ਨਾਲ ਡਿੱਠੇ ਸ਼ਬੀਰ ਦੇ ਲੱਭ ਹਲਦੇ ਹਨ, ਆਵਾਜ਼ ਸਮਝ ਨਹੀਂ ਆਈ। ਇਹ ਅਦੇ ਮੈਂ ਸਮਝੇ ਬਦ ਦੁਆ ਕਰੇਂਦਾ ਹੋ ਸੀ, ਇਹ ਮਲੂਨ ਅਦੇ ਜਦੋਂ ਮੈਂ ਸਰ ਦੇ ਨਜ਼ਦੀਕ ਕੰਨ ਲੈਣ ਦੇ ਹਿੱਕੋ ਵਹਿਣ ਦਾ, ਹਾਏ ਓ ਜ਼ੈਨਬ ਤੇਰਾ ਬੁਰਕਾ। ਜਦਾਂ ਕੱਲਾਂ ਦੀਗਰ ਵੇਲੇ ਅਦੇ ਆਵਾਜ਼ ਆਉਂਦੀ ਆਈ, ਹਾਏ ਆਲੀਆ ਤੇਰਾ ਬੁਰਕਾ, ਹਾਏ ਓ ਮੇਰੀ ਭੈਣ ਤੇਰੀ ਚਾਦਰ। ਮੈਂ ਆਦਾਂ ਦੀਗਰ ਵੇਲੇ ਫਿਰਾ ਉੱਠੇ, ਕੁਝ ਦੇਰ ਦੇ ਬਾਅਦ ਖਿਆਮ ਗੁਫਾ ਲੈਨੇ, ਬਜ਼ੁਰਗ ਜ਼ਾਕਿਰ ਪੜ੍ਹਦੇ ਆਉਂਦੇ ਹਨ, ਗੁਜਾਦੇ ਹਨ ਵੀ ਇਹ ਖੈਮਾ ਜਲਦਾ ਆਲੀ ਦੀਆਂ ਧੀਆਂ ਦੂਜੇ ਖੈਮੇ 'ਚ ਵਾ ਤ੍ਰੀਜੇ ਖੈਮੇ 'ਚ ਜਾੜ ਸਿਵ ਕਿਬਲਾ ਪੜ੍ਹਦੇ ਹਨ, ਇਵੇਂ ਬਾ ਲੈਨੇ ਜਿਵੇਂ ਸ਼ਿਕਾਰੀ ਜੰਗਲ ਕੋ ਬਾ ਲੈਂਦੇ। ਚੌਗਿਰ ਤੋਂ ਬਾਹ ਲੱਗੀਏ, ਅਲੀ ਦੀਆਂ ਨੌਵਾਂ ਦੀਆਂ ਬਾਹਰ ਆਇਨ ਜਲਦੇ ਹੋਏ ਖਿਆਮ ਦੇ, ਸਭ ਤੋਂ ਪਹਿਲੇ ਅਲੀ ਦੀ ਆਲੀਆ ਧੀ ਮਾਰੂਮਤ ਉਲ ਮੁਸ਼ਰਤ ਅਕੀਲਤ ਉਲ ਗੁਰੈਸ਼ ਖੈਮੇ ਜਾਈਏ ਜਿੱਥੇ ਬਿਮਾਰ ਗੁਸ਼ਈ। ਮੈਂ ਥੋੜ੍ਹਾ ਪੜ੍ਹਨੇ ਮੇਰਾ ਘਰ ਹੈ, ਡਾ ਮੈਂ ਕੋਈ ਆਉਂਦੇ ਲੰਬਾ ਪੜ੍ਹਾਂ ਜ਼ੈਨ ਮਿਲਣ, ਮਜਲੇ ਸਾਵੇ ਲਾਲਚ ਹੀ ਨਹੀਂ। ਮੌਲਾ ਢੇਰ ਇੱਜ਼ਤ ਦਿੱਤੀ ਹੈ, ਇਤਨਾ ਆਦਾ ਜਦੋਂ ਬਿਮਾਰ ਦੇ ਨੇੜੇ ਆਈਏ ਚਾਦਰ ਹਟਾਈਏ, ਘੁੰਮਿਆ ਬੁਨੈਲ ਗਰੀਬ ਉੱਠੀ ਮੇਰਾ ਲਾਇਕ ਬੱਚੜਾ, ਜਦੋਂ ਸਜਾਦ ਦੀ ਅੱਖ ਖੁੱਲੀਏ ਆਦਰਾਂ ਨਾ ਜ਼ਿੰਦਗੀ 'ਚ ਪਹਿਲੀ ਦਫ਼ਾ ਨਿਗਾਹ ਪਈਏ ਸਮਾ ਦੇ ਖੁੱਲੇ ਵਾਲੇ ਦੇ, ਪਹਿਲਾ ਸਵਾਲ ਕੀਤੇ ਸੀ ਉਮਾਏ ਨਾ ਰਿਦਾ ਹੋ ਕੇ ਤੇਰੀ ਚਾਦਰ ਕਿਨੇ ਗਈ ਹੈ। ਇਹ ਜਾਲਾ ਸਾਹਿਬ ਕਿਬਲਾ ਦੇ ਲਫ਼ਜ਼ ਹਨ, ਮੈਂ ਆਪ ਨਹੀਂ ਸੁਣੇ, ਬਜ਼ੁਰਗਾਂ ਕਿਨੇ ਸੁਣੇ ਹਨ। ਉਹ ਪੜ੍ਹਦੇ ਆਉਂਦੇ ਹਨ ਜਦੋਂ ਪੁੱਛੇ ਸੁਣਾਏ ਨਾ ਰਿਦਾਓ ਕੇ ਅਲੀ ਦੀਦੀ ਰੋ ਕੇ ਆਦੀ ਹੈ ਤੇਰੀ ਇਮਾਮਤ ਦੀ ਇਬਤਦਾਏ ਮੇਰੀ ਗੁਰਬਤ ਦੀ ਅੰਦਹਾਏ, ਮਸਲਾ ਪੁੱਛਦੀਆਂ ਦੇ ਸਾਥ ਜਲ ਮਰਾਂ ਜਾਂ ਬਾਹਰ ਵੰਨਾ।
اما باہر ونجو ادی یہ باہر ہوئی یاری دی چاننی رات تے او شام دے بدماش میں علی دی دی اما باہر ونجو میری سائن باہر آئیے پہلے برا دے یتیم کٹھے کی دینس حمید پتر مسلم دا دے مجیٹھے کانڈ دے ایک بیمار کچا آئیے مقتلج برا دے علاج شئی کانڈ دے بیمار کچا آئیے مقتل دے رخ کر کے آدھیے تائیں اکبر چاہیا ہاں میں سجاد چاہیا جزاک اللہ سب تو پہلے ایک ٹیبے تے یرید اللہ دیاں سیمیاں ہویاں بیبیاں کٹھیاں کی دینس اجاں بیٹھی نہ آئی یا اصغر دی ماں دا وین سین تے برا دے سینے دا تعویز نہیں لبدی جی میں کھڑی آئی نا رونی ہے ود خیال ہے اس برا دے ٹر گئے استقلال دی کمر بنی ہے صدی برجائی رو نہیں میں گول اندیاں ٹور تا بھئی ہے سجے کھبے دے دی ودی آئی آ دی ودی آئی تو دے گول نالے سام گئے کتا رہ گئی ہیں حسین دی دی میں آدھا رانا تس جواب نہ دیو آئے ضرور کرائے یہ گل پوچھ دان جیڑی پیو دے نال ما دی کنڈ دا اولا کر کے علین دی ہائی او جنگل جبال گلین دی آئی ٹر دی ودی آئی ایک ضعیف دے دید بھئیس چادر ہائی کوئی نا ایک بان البردہ بڑھائیس یا شیخ حال رائے دا سبی آدھ یہ بندہ خدا کوئی بچی نیٹھی آئی او کانڈ کر کے آدھے صدیقہ مادی دی او پیو دی لاش کو لپٹی پئی ہے جزاک اللہ جزاک اللہ جدہ کسی او پیو دی لاش کو لپٹی پئی ہے جدہ صدیقہ دا لب سڑی سی بھرا دا خون بھول گائے آدھ یہ تو کون شریف ہے جڑا میں کو صدیقہ دی دی سنے دا ہے سارا نیتا باغی دی بھیڑ سنے دے دی ہے ان بزرگ دی آواز یہ سائن سنیان میں عام بندہ نہیں میں خضر نبیان جگہ کسی میں خضر نبیان بی بی آدھ یہ تو کیا کرنا ہے مقتلے چاہیے براد علاش کنے براد یتیم چاہیے واپس والے مشہور جملہ ہے علی دی 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 پہلی مجلس دا شام غریب جلہ واپس والے آدھی اما فیضا آنکھانا تو میری مادی کنیزیں پر میری مجبوری ہے اور شراب پر پیندن اٹھی پہرا دے رات دیں فیضا گینے پارا دیوائز جداد رات ڈھلی ہے جلی ہوئی چوب چاہیے پہلی اکل لیتی ہے صلاح حافظ والحفیظ یہ آواز نجف پہنچی ہے علی کبر چتڑ پائے آدم آدھے یا علی روندہ کیوں آئی آدھے دزار روہ نہیں تھا کیا کر رہا پہلے میرے پتر کچھے نہوڑ میری دی پہی بارے دے دیئے جزاک اللہ بڑی قبول مجلس ہوڑ میری دی پہی بارے دے دیئے استاد العلماء پڑھ دے ہوں دے ایک قبلہ یارشہ سے پڑھ دے ہوں دے
اجاز امامت نال علی گھوڑے دی زین جائن علی دے گھوڑے دا پہلا قدم ٹپائے کربلا تے آئے فضا دا پارا سمجھے سی کوئی لٹڑا میری زائنا دیے اما بن رو کی کواک دور لائے گائن چادرا لٹی گائن فضا دیے رک ونج نہیں رکا دوجی دفا دیے رک ونج آم نہیں زہرا دیا دیائن گھوڑے سوار نہیں رکیا دیے علی دی دی چار تلائمی رک دا نہیں میری زائنا دیے اما ہاتھ پائس واگ لا گیا دیے رک دیا میں غازی کو سجا غازی دا لفظ علی دلالیا میں تیرا بابا علی آدیے بابا چر کے آئے میرے بھرا کس گائن وہ سے عالم اللہ زین ظلم